ਸਤਿ ਸ਼੍ਰੀ ਅਕਾਲ ਜੀ, ਤੁਹਾਡਾ ਰਾਜ ਪੰਜਾਬੀ ਕਹਾਣੀਆਂ ਵਿੱਚ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ। ਅੱਜ ਤੁਹਾਡੇ ਲਈ ਤਕਦੀਰ ਕਹਾਣੀ ਦਾ 5ਵਾਂ ਭਾਗ ਲੈ ਕੇ ਪੇਸ਼ ਹੋ ਰਹੇ ਹਾਂ। ਕਰਦੇ ਹਾਂ ਸ਼ੁਰੂ ਕਹਾਣੀ। ਨਹੀਂ ਸਿੰਮੀ, ਤੂੰ ਦੱਸ ਮੈਨੂੰ ਕੀ ਗੱਲ ਹੈ, ਬਹੁਤ ਜ਼ਿਆਦਾ ਟੈਨਸ਼ਨ 'ਚ ਲੱਗ ਰਹੀ ਹੈ ਤੂੰ। ਅਰੇ ਨਹੀਂ ਦੀਦੀ, ਮੈਂ ਬਿਲਕੁਲ ਠੀਕ ਹਾਂ। ਐਕਚੁਅਲੀ ਮੇਰੀ ਨੀਂਦ ਨਹੀਂ ਪੂਰੀ ਹੋਈ ਸੀ ਦੀਦੀ ਰਾਤ ਨੂੰ, ਅਤੇ ਮੇਰੀ ਇੱਕ ਪ੍ਰੋਬਲਮ ਹੈ। ਜਿਸ ਦਿਨ ਮੇਰੀ ਨੀਂਦ ਨਾ ਪੂਰੀ ਹੋਵੇ ਉਸ ਦਿਨ ਮੈਂ ਇੱਕ ਲਾਸ਼ ਬਣ ਕੇ ਫਿਰਦੀ ਰਹਿੰਦੀ ਹਾਂ ਜਦ ਤੱਕ ਕਿ ਮੈਨੂੰ ਦੁਬਾਰਾ ਨਾ ਸੋਣਾ ਨਸੀਬ ਹੋਵੇ। ਹੱਸਦੀ ਹੋਈ, ਓਹ ਆਈ ਸੀ, ਇਟ ਹੈਪਨਸ ਵਿਦ ਮੀ ਆਲਸੋ ਇਨ US ਵਿੱਚ। ਜਦ ਜਕਮਨ ਬੋਰਨ ਹੋਈ ਸੀ ਤਾਂ ਪੂਰੇ 2 ਸਾਲਾਂ ਤੱਕ ਮੈਨੂੰ ਆਪਣੀ ਨੀਂਦ ਸੈਕਰੀਫਾਈਸ ਕਰਨੀ ਪਈ। ਕਦੇ ਸੋਚਿਆ ਨਹੀਂ ਸੀ ਬੇਬੀ ਨੂੰ ਪਾਲਣਾ ਇੰਨਾ ਮੁਸ਼ਕਲ ਹੁੰਦਾ ਏ। ਮੈਂ ਤਾਂ ਸਿਰਫ ਉਸ ਵਕਤ ਹੀ ਸੌਂ ਪਾਉਂਦੀ ਸੀ ਜਦ ਜਪਮਨ ਨੂੰ ਨੀਂਦ ਆਉਂਦੀ ਸੀ। ਸੱਚ ਦੱਸਾਂ ਤਾਂ ਮੇਰੀ ਭੂਤਨੀ ਭੁੱਲ ਗਈ ਸੀ ਉਸ ਵਕਤ। ਉਹ ਤਾਂ ਇਹਨਾਂ ਨੇ ਮੇਰਾ ਬਹੁਤ ਸਾਥ ਦਿੱਤਾ, ਵਰਨਾ ਮੇਰੇ ਕੋਲੋਂ ਪਤਾ ਨਹੀਂ ਇੰਨੀ ਵੱਡੀ ਜ਼ਿੰਮੇਵਾਰੀ ਸਾਂਭ ਹੋਣੀ ਸੀ ਜਾਂ ਨਹੀਂ। ਮੇਰੀ ਪ੍ਰੈਗਨੈਂਸੀ ਦੇ 7th month ਤੋਂ ਲੈ ਕੇ ਪੂਰੇ 1.5 ਸਾਲ ਤੱਕ ਇਹਨਾਂ ਨੇ ਹੀ ਸਵੇਰੇ ਦਾ ਬ੍ਰੇਕਫਾਸਟ ਅਤੇ ਰਾਤ ਦਾ ਡਿਨਰ ਤਿਆਰ ਕੀਤਾ। ਮੈਂ ਤਾਂ ਬਸ ਜਪਮਨ ਨੂੰ ਹੀ ਸਾਂਭਣ 'ਤੇ ਰਹਿੰਦੀ ਸੀ। ਮੈਨੂੰ ਤਾਂ ਬੱਚੇ ਨੂੰ ਸੁਆਉਣਾ ਤੱਕ ਨਹੀਂ ਆਉਂਦਾ ਸੀ। ਲੋਰੀਆਂ ਵੀ ਮੈਨੂੰ ਜਪਮਨ ਦੇ ਪਾਪਾ ਨੇ ਸਿਖਾਈਆਂ। ਹੱਸਦੀ ਹੋਈ, ਵਾਹ ਦੀਦੀ, ਯੂ ਆਰ ਵੈਰੀ ਲੱਕੀ ਜਿਹੜਾ ਤੁਹਾਨੂੰ ਭਾਜੀ ਵਰਗੇ ਹਸਬੈਂਡ ਮਿਲੇ। ਹਾਂ ਸਿੰਮੀ, ਮੈਂ ਵੀ ਰੱਬ ਦਾ ਬਹੁਤ ਸ਼ੁਕਰਾਨਾ ਕਰਦੀ ਹੁੰਦੀ ਹਾਂ ਜੋ ਉਹਨਾਂ ਨੇ ਹਸਬੈਂਡ ਦੇ ਰੂਪ ਵਿੱਚ ਮੈਨੂੰ ਜਪਮਨ ਦੇ ਪਾਪਾ ਦਿੱਤੇ। ਤੂੰ ਯਕੀਨ ਨਹੀਂ ਕਰੇਂਗੀ, ਇੰਨੇ ਸਾਲਾਂ ਵਿੱਚ ਇਹਨਾਂ ਦਾ ਪਿਆਰ ਘਟਣ ਦੀ ਬਜਾਏ ਹੋਰ ਵੀ ਜ਼ਿਆਦਾ ਵੱਧਦਾ ਚਲਾ ਗਿਆ। ਸੱਚੀ ਮੈਂ ਤਾਂ ਰੱਬ ਕੋਲੋਂ ਦੁਆ ਮੰਗਦੀ ਹੁੰਦੀ ਹਾਂ ਕਿ ਹਰੇਕ ਜਨਮ ਵਿੱਚ ਮੈਨੂੰ ਇਹਨਾਂ ਦਾ ਹੀ ਸਾਥ ਨਸੀਬ ਹੋਵੇ। ਓ ਦੀਦੀ, ਸੋ ਰੋਮੈਂਟਿਕ, ਮੈਨੂੰ ਪਤਾ ਨਹੀਂ ਸੀ ਤੁਸੀਂ ਦੋਨੋਂ ਇੰਨੇ ਰੋਮੈਂਟਿਕ ਕਪਲ ਹੋਵੋਗੇ, ਕਿਉਂਕਿ ਤੁਸੀਂ ਸ਼ਰਾਰਤੀ ਜਿਹੇ ਹੋ ਅਤੇ ਭਾਜੀ ਬਿਲਕੁਲ ਸੀਰੀਅਸ ਟਾਈਪ। ਫਿਰ ਇਹ ਲਵ ਸਟੋਰੀ ਕਦੋਂ ਅਤੇ ਕਿਵੇਂ ਸ਼ੁਰੂ ਹੋਈ? ਹੱਸਦੀ ਹੋਈ, ਚੱਲ ਛੱਡ ਸਿੰਮੀ, ਕਿਹੜੀਆਂ ਗੱਲਾਂ ਲੈ ਕੇ ਬਹਿ ਗਈ ਹੈ ਤੂੰ। ਆਪਾਂ ਇੱਥੇ ਸਤਵਿੰਦਰ ਦੇ ਵਿਆਹ ਲਈ ਆਈਆਂ, ਨਾ ਕਿ ਮੇਰੀ ਲਵ ਸਟੋਰੀ ਨੂੰ ਡਿਸਕਸ ਕਰਨ। ਨਹੀਂ ਦੀਦੀ, ਪਲੀਜ਼ ਥੋੜ੍ਹਾ ਜਿਹਾ ਹੀ ਦੱਸ ਦਿਉ, ਮੈਨੂੰ ਦੂਜਿਆਂ ਦੀਆਂ ਰੋਮੈਂਟਿਕ ਸਟੋਰੀਆਂ ਸੁਣਨੀਆਂ ਬਹੁਤ ਪਸੰਦ ਨੇ। ਅੱਛਾ, ਸਿਰਫ ਦੂਜਿਆਂ ਦੀ ਸੁਣਾਉਂਦੀ ਹੈ, ਆਪਣੀ ਲਵ ਸਟੋਰੀ ਬਾਰੇ ਨਹੀਂ ਦੱਸਦੀ ਕਿਸੇ ਨੂੰ? ਬੜੀ ਚਲਾਕੋ ਨਿਕਲੀ ਤੂੰ ਤਾਂ। ਹੈਂ, ਮੇਰੀ ਲਵ ਸਟੋਰੀ? ਇਹ ਕੀ ਕਹਿ ਰਹੇ ਹੋ ਦੀਦੀ ਤੁਸੀਂ? ਮੈਂ ਨਹੀਂ ਇਹੋ ਜਿਹਾ ਫਾਹਾ ਲਿਆ ਅਜੇ ਤੱਕ ਕਦੇ। ਓ, ਤੈਨੂੰ ਪਿਆਰ ਕਰਨਾ ਫਾਹਾ ਲੈਣਾ ਲੱਗਦਾ ਸਿੰਮੀ? ਹੱਸਦੀ ਹੋਈ, ਅਤੇ ਹੋਰ ਕੀ ਆ ਦੀਦੀ, ਐਵੇਂ ਸਾਰਾ ਦਿਨ ਫੋਨ ਨੂੰ ਚਿੰਬੜੇ ਰਹੋ, ਨਾ ਕੋਈ ਦੁਨੀਆਦਾਰੀ ਦੀ ਖਬਰ ਅਤੇ ਨਾ ਕੁਝ ਹੋਰ। ਹੱਸਦੀ ਹੋਈ, ਤੈਨੂੰ ਕਿੰਨੇ ਕਹਿ ਦਿੱਤਾ ਸਿੰਮੀ ਕਿ ਪਿਆਰ ਸਿਰਫ ਇਹ ਸਭ ਚੋਚਲੇ ਕਰਨ ਨਾਲ ਹੀ ਹੁੰਦਾ, ਅਸਲੀ ਪਿਆਰ ਇਹਨਾਂ ਸਾਰੀਆਂ ਗੱਲਾਂ ਦਾ ਮੁਹਤਾਜ ਨਹੀਂ ਹੁੰਦਾ। ਸਿੰਮੀਏ, ਖੈਰ ਛੱਡ, ਆਪਣੀ ਲਵ ਸਟੋਰੀ ਬਾਰੇ ਦੱਸ, ਤੂੰ ਕਿੱਥੋਂ ਤੱਕ ਪਹੁੰਚ ਗਈ ਤੇਰੇ ਪਿਆਰ ਦੀ ਕਹਾਣੀ? ਸੀਰੀਅਸਲੀ ਦੀਦੀ, ਐਦਾਂ ਦਾ ਕੁਝ ਵੀ ਹੈ ਨਹੀਂ, ਅਗਰ ਹੁੰਦਾ ਤਾਂ ਤੁਹਾਡੇ ਕੋਲੋਂ। ਦੱਸੋ ਕਿਉਂ ਛੁਪਾਉਣਾ ਸੀ ਮੈਂ? ਰਹਿਣ ਦੇ ਸਿੰਮੀ, ਤੂੰ ਸਿਰਫ ਨਾਮ ਦੀ ਹੀ ਦੀਦੀ ਕਹਿੰਦੀ ਹੈ ਮੈਨੂੰ, ਅਸਲ ਵਿੱਚ ਮਨ ਦੀ ਮੁੰਦੀ ਕੋਈ ਨਹੀਂ। ਨਹੀਂ ਦੀਦੀ,
ਤੁਸੀਂ ਐਦਾਂ ਕਿਉਂ ਕਹਿ ਰਹੇ ਹੋ? ਮੈਂ ਦਿਲੋਂ ਤੁਹਾਨੂੰ ਆਪਣੀ ਵੱਡੀ ਸਿਸਟਰ ਮੰਨਦੀ ਹਾਂ। ਅਗਰ ਮੰਨਦੀ ਹੈ ਤਾਂ ਫਿਰ ਦੱਸ ਮੈਨੂੰ ਕਿ ਦੀਪ ਨੂੰ ਲੈ ਕੇ ਤੇਰੇ ਦਿਲ ਵਿੱਚ ਕੀ ਫੀਲਿੰਗ ਹੈ। ਦੇਖ ਝੂਠ ਨਾ ਬੋਲੀ ਹੁਣ ਮੈਨੂੰ, ਮੈਂ ਤੇਰੀਆਂ ਅੱਖਾਂ ਵਿੱਚ ਦੀਪ ਲਈ ਪਿਆਰ ਦੇਖ ਚੁੱਕੀ ਹਾਂ। ਬੋਲ ਸਿੰਮੀ, ਚੁੱਪ ਨਾ ਰਹਿ ਪਲੀਜ਼, ਸ਼ਾਇਦ ਮੈਂ ਤੇਰੀ ਕੋਈ ਮਦਦ ਕਰ ਸਕਾਂ। ਸਿੰਮੀ ਆਪਣਾ ਸਿਰ ਝੁਕਾ ਕੇ ਫਿਕਰਮੰਦ ਹੁੰਦੀ ਹੋਈ ਸੋਚਦੀ ਹੈ, ਮਦਦ ਤਾਂ ਤੁਹਾਡੀ ਮੈਂ ਕਰਨਾ ਚਾਹੁੰਦੀ ਹਾਂ ਦੀਦੀ, ਤੁਸੀਂ ਤਾਂ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਪਤਾ ਨਹੀਂ ਕਿਵੇਂ ਨਾਰਮਲ ਬਿਲੀਵ ਕਰ ਰਹੇ ਹੋ। ਕਾਸ਼ ਮੈਂ ਤੁਹਾਨੂੰ ਦੱਸ ਪਾਉਂਦੀ ਕਿ ਜਿਸ ਦੀਪ ਲਈ ਤੁਸੀਂ ਮੇਰੀਆਂ ਅੱਖਾਂ ਵਿੱਚ ਪਿਆਰ ਦੇਖ ਰਹੇ ਹੋ, ਉਸਨੇ ਅੱਜ ਤੱਕ ਮੇਰੇ ਨਾਲ ਸਿੱਧੇ ਮੂੰਹ ਗੱਲ ਵੀ ਨਹੀਂ ਕੀਤੀ। ਹੁਣ ਵੀ ਜੇ ਉਹ ਮੇਰੀਆਂ ਮਿੰਨਤਾਂ ਤਰਲੇ ਕਰ ਰਿਹਾ ਹੈ ਤਾਂ ਉਹ ਸਿਰਫ ਤੁਹਾਡੇ ਕਰੀਬ ਆਉਣ ਲਈ। ਸਿੰਮੀ ਨੂੰ ਖਾਮੋਸ਼ ਅਤੇ ਗਹਿਰੀ ਸੋਚਾਂ ਵਿੱਚ ਗੁੰਮਸ਼ੁਦਾ ਹੋਈ ਵੇਖ ਗੁਰਲੀਨ ਉਸਦੇ ਚਿਹਰੇ ਸਾਹਮਣੇ ਚੁਟਕੀਆਂ ਵਜਾਉਂਦੀ ਹੋਈ ਬੋਲੀ, ਓ ਹੈਲੋ ਮਿਸ ਸਿੰਮੀ, ਕਿੱਥੇ ਗੁੰਮ ਹੋ ਗਈ ਤੂੰ? ਲੱਗਦਾ ਦੀਪ ਬਾਰੇ ਹੀ ਸੋਚ ਰਹੀ ਹੈ, ਹੈ ਨਾ? ਸਿੰਮੀ ਇੱਕ ਝੂਠੀ ਸਮਾਈਲ ਪਾਸ ਕਰ ਦਿੰਦੀ ਹੈ। ਆਈ ਨੋ ਇਟ ਮਾਈ ਡਾਰਲਿੰਗ, ਮੈਨੂੰ ਪਤਾ ਸੀ ਤੂੰ ਦੀਪ ਨੂੰ ਪਿਆਰ ਕਰਦੀ ਹੈ। ਚੱਲ ਹੁਣ ਬਿਨਾਂ ਕੋਈ ਨਖਰਾ ਕੀਤੇ ਮੈਨੂੰ ਆਪਣੀ ਸਾਰੀ ਸਟੋਰੀ ਸੁਣਾ। ਸਿੰਮੀ ਕੁਝ ਬੋਲ ਪਾਉਂਦੀ, ਇਸ ਤੋਂ ਪਹਿਲਾਂ ਹੀ ਗੁਰਲੀਨ ਦੀ ਮਾਂ ਉਸ ਨੂੰ ਸਟੇਜ 'ਤੇ ਚੱਲਣ ਲਈ ਕਹਿੰਦੀ ਹੈ। ਹਾਂਜੀ ਆਈ ਮੰਮੀ ਜੀ, ਮੈਂ ਇੱਕ ਮਿੰਟ, ਹੁਣ ਤੂੰ ਬਚ ਗਈ ਸਿੰਮੀ ਰਾਣੀਏ, ਪਰ ਮੈਂ ਘਰ ਜਾ ਕੇ ਸਭ ਕੁਝ ਸੁਣਨਾ ਹੈ ਤੇਰੇ ਕੋਲੋਂ, ਸਮਝ ਗਈ ਹੈ? ਸ਼ੋਰ ਦੀਦੀ। ਗੁਰਲੀਨ ਫਿਰ ਲਾੜੇ ਲਾੜੀ ਕੋਲ ਫੋਟੋਆਂ ਵਗੈਰਾ ਖਿਚਾਉਣ ਲਈ ਚਲੀ ਗਈ। ਉੱਧਰ ਦੀਪ ਨੇ ਪੂਰਾ ਦਿਨ ਗੁਰਲੀਨ ਨਾਲ ਦੁਬਾਰਾ ਗੱਲ ਕਰਨ ਦੀਆਂ ਕਈ ਕੋਸ਼ਿਸ਼ਾਂ ਕੀਤੀਆਂ, ਪਰ ਉਸਦੀ ਹਰ ਇੱਕ ਕੋਸ਼ਿਸ਼ ਨਾਕਾਮ ਰਹੀ। ਗੁਰਲੀਨ ਰਸਮ ਰਿਵਾਜਾਂ ਤੋਂ ਵਿਹਲੀ ਹੀ ਨਹੀਂ ਹੋ ਪਾਈ। ਇੱਦਾਂ ਹੀ ਪੂਰਾ ਦਿਨ ਨਿਕਲ ਜਾਂਦਾ ਹੈ। ਸ਼ਾਮ ਨੂੰ ਤਕਰੀਬਨ 6 ਵਜੇ ਦੇ ਕਰੀਬ ਬਰਾਤ ਤੁਰ ਪੈਂਦੀ ਹੈ। ਗੁਰਲੀਨ ਨੂੰ ਵਿਆਹ ਵਾਲੀ ਗੱਡੀ ਵਿੱਚ ਨਾਲ ਚੱਲਣ ਲਈ ਕਿਹਾ ਜਾਂਦਾ ਹੈ। ਉਹ ਵੀ ਖੁਸ਼ੀ ਖੁਸ਼ੀ ਇਸ ਦੁਲਹੇ ਦੁਲਹਨ ਦੇ ਵਿਚਕਾਰ ਬੈਠ ਕੇ ਜਾਣ ਦੀ ਰਸਮ ਲਈ ਹਾਂ ਕਹਿ ਦਿੰਦੀ ਹੈ। ਪੂਰੇ ਰਸਤੇ ਵਿੱਚ ਸਤਵਿੰਦਰ ਅਤੇ ਉਸਦੀ ਘਰਵਾਲੀ ਨੂੰ ਤੰਗ ਕਰਦੀ ਗਈ। ਉੱਧਰ ਦੀਪ ਵਿਚਾਰਾ ਹੱਥ 'ਤੇ ਹੱਥ ਮਾਰਦਾ ਰਹਿ ਗਿਆ ਸੀ। ਬਰਾਤ ਦੁਲਹਨ ਨੂੰ ਲੈ ਕੇ ਮੰਜ਼ਿਲ 'ਤੇ ਪਹੁੰਚ ਜਾਂਦੀ ਹੈ। ਦੀਪ ਵੀ ਮਗਰ ਗੱਡੀ ਦੀਆਂ ਸਪੀਡ ਨੱਪੀ ਕੁਝ ਕੁ ਮਿੰਟਾਂ ਦੇ ਫਰਕ ਨਾਲ ਪਹੁੰਚ ਗਿਆ ਸੀ। ਮਹਿਮਾਨਾਂ ਵਿੱਚ ਵੜ ਕੇ ਉਹ ਗੁਰਲੀਨ ਦੇ ਕਰੀਬ ਜਾਣ ਦੀ ਕੋਸ਼ਿਸ਼ ਕਰ ਰਿਹਾ ਹੁੰਦਾ, ਪਰ ਗੁਰਲੀਨ ਤੱਕ ਪਹੁੰਚ ਪਾਉਣਾ ਉਸ ਲਈ ਨਾਮੁਮਕਿਨ ਜਿਹਾ ਕੰਮ ਲੱਗ ਰਿਹਾ ਸੀ। ਉਸ ਦਾ ਦੋਸਤ ਸਾਬੀ ਮਗਰ ਸਿੰਮੀ ਕੋਲ ਖਲੋਤਾ ਬੋਲ ਰਿਹਾ ਹੁੰਦਾ, ਦੇਖ ਲਾ ਫਿਰ ਸਿੰਮੀ ਟਿੰਮੀ, ਤੂੰ ਕਹਿੰਦੀ ਸੀ ਨਾ ਕਿ ਮੇਰਾ ਗੁਰਲੀਨ ਨੇ ਕਦੇ ਵੀ ਤੇਰੇ ਹੱਥ ਨਹੀਂ ਆਉਣਾ। ਦੀਪ ਉਹ ਵੇਖ ਜਰਾ ਬਾਈ ਮੇਰਾ ਕਿੰਨੀ ਸ਼ਿੱਦਤ ਨਾਲ ਗੁਰਲੀਨ ਦੇ ਪਿੱਛੇ ਪਿਆ ਹੋਇਆ, ਇਹਨੂੰ ਤਾਂ ਕਟਰੀਨਾ ਕੈਫ ਨਹੀਂ ਮਨਾ ਕਰ ਸਕਦੀ। ਆਹ ਗੁਰਲੀਨ ਕੀ ਚੀਜ਼ ਹੈ? ਚੱਲ ਚੱਲ ਦੀਪ ਦਿਆ ਚੇਲਿਆ, ਮੈਂ ਹੀ ਮੁਲਾਕਾਤ ਕਰਵਾਤੀ, ਵਰਨਾ ਮਰਨ ਵਾਲਾ ਹਾਲ ਹੋਇਆ ਸੀ ਤੇਰੇ ਉਸਤਾਦ ਦਾ। ਸਿੰਮੀ ਤੂੰ ਬਸ ਮੈਨੂੰ ਇੱਕ ਵਾਰ ਗੁਰਲੀਨ ਨਾਲ ਮਿਲਾ ਦੇ, ਉਹਨੂੰ ਮੇਰੇ ਬਾਰੇ ਚੰਗੀਆਂ ਚੰਗੀਆਂ ਗੱਲਾਂ ਦੱਸ ਜਾ ਕੇ, ਉਹਦਾ ਦਿਲ ਟੋਹ ਕੇ ਵੇਖ ਉਹ ਆਪਣੇ ਘਰ ਵਾਲੇ ਨਾਲ ਖੁਸ਼ ਵੀ ਹੈ ਜਾਂ ਨਹੀਂ। ਉਹ ਤਾਂ ਮੈਨੂੰ ਤਰਸ ਆ ਗਿਆ ਪੁਰਾਣੀ ਦੋਸਤੀ ਹੋਣ ਕਰਕੇ, ਨਹੀਂ ਤਾਂ ਉਸਤਾਦ ਤੇਰੇ ਨੇ ਤਾਂ
ਦੂਰੋਂ ਹੀ ਫੀਲਿੰਗ ਲੈਂਦੇ ਨੇ ਮਰ ਜਾਣਾ ਸੀ। ਜਾਣਦੇ ਜਾਣਦੇ ਆਈ ਤੂੰ ਵੱਡੀ ਵਿਚੋਲਣ, ਗੁਰਲੀਨ ਦੇ ਦਿਲ ਵਿੱਚ ਆਪ ਦੀਪ ਬਾਈ ਦੇ ਪਿਆਰ ਵਾਲੀ ਘੰਟੀ ਵੱਜੀ ਤਾਂ ਉਹ ਮਿਲਣ ਆਈ ਸੀ ਦੀਪ ਬਾਈ ਨੂੰ। ਤੂੰ ਤਾਂ ਭੂਤਨੀਏ ਜਈਏ ਨੇ ਸ਼ੀ ਲਾਉਣਾ ਹੀ ਸੀ। ਸਾਬੀ ਦੀ ਗੱਲ ਬੜੀ ਚੁਭੀ ਸਿੰਮੀ ਨੂੰ, ਇਸ ਲਈ ਉਹ ਬਿਨਾਂ ਕੁਝ ਬੋਲੇ ਉੱਥੋਂ ਚਲੀ ਗਈ। ਜਦਕਿ ਸਾਬੀ ਨੂੰ ਸਿੰਮੀ ਦੇ ਇਸ ਤਰ੍ਹਾਂ ਜਾਣ ਨਾਲ ਜ਼ਰਾ ਜਿੰਨਾ ਵੀ ਫਰਕ ਨਾ ਪਿਆ। ਉਹ ਤਾਂ ਬਸ ਆਪਣੇ ਉਸਤਾਦ ਦੀਪ ਵੱਲ ਅੱਖਾਂ ਗੱਡੀ ਦੇਖ ਰਿਹਾ ਸੀ, ਜਿਵੇਂ ਜੱਸੇ ਪੱਟੀ ਦੀ ਕੁਸ਼ਤੀ ਨੂੰ ਨਵੇਂ ਭਲਵਾਨ ਵੇਖਣ ਲੱਗੇ ਹੁੰਦੇ ਆ। ਸਾਬੀ ਦੂਰ ਖਲੋਤਾ ਹੀ ਦੀਪ ਦੀ ਹਰ ਇੱਕ ਨਿੱਕੀ ਨਿੱਕੀ ਮੂਵਮੈਂਟ ਨੂੰ ਨੋਟਿਸ ਕਰ ਰਿਹਾ ਸੀ। ਉਸ ਦੀ ਨਜ਼ਰ 'ਚ ਦੀਪ ਇੱਕ ਲਵ ਗੁਰੂ ਦੀ ਤਰ੍ਹਾਂ ਸੀ, ਜਿਹਨੂੰ ਕੋਈ ਵੀ ਲੜਕੀ ਮਨ੍ਹਾ ਨਹੀਂ ਕਰ ਸਕਦੀ। ਉੱਧਰ ਦੀਪ ਵੀ ਚੋੜ ਚੋੜ 'ਚ ਹੌਲੀ ਹੌਲੀ ਗੁਰਲੀਨ ਦੇ ਕੋਲ ਹੁੰਦਾ ਗਿਆ। ਜਦ ਉਹ ਕਿਸੇ ਤਰ੍ਹਾਂ ਗੁਰਲੀਨ ਦੇ ਬਿਲਕੁਲ ਨੇੜੇ ਪਹੁੰਚ ਗਿਆ ਤਾਂ ਇੱਕ ਆਵਾਜ਼ ਉੱਠੀ ਕਿ ਭਾਬੀ ਦੀ ਗੋਦ ਵਿੱਚ ਬੈਠਣ ਵਾਲੇ ਦਿਓਰ ਦੀ ਰਸਮ ਕਿਸ ਕੋਲੋਂ ਕਰਵਾਈਏ, ਕਿਉਂਕਿ ਸਤਵਿੰਦਰ ਦਾ ਹੋਰ ਕੋਈ ਭਰਾ ਨਹੀਂ ਸੀ ਅਤੇ ਨਾ ਹੀ ਉਸ ਤੋਂ ਇਲਾਵਾ ਉਸ ਦੇ ਸ਼ਰੀਕੇ ਵਿੱਚ ਕੋਈ ਮੁੰਡਾ ਸੀ। ਇਸ ਲਈ ਥੋੜ੍ਹੀ ਖਾਮੋਸ਼ੀ ਛਾ ਗਈ। ਜਦਕਿ ਦੀਪ ਨੇ ਆਪਣਾ ਪੂਰਾ ਧਿਆਨ ਗੁਰਲੀਨ ਦੇ ਕੋਲ ਪਹੁੰਚਣ 'ਤੇ ਲਗਾਇਆ ਹੋਇਆ ਸੀ, ਅਚਾਨਕ ਉਸ ਨੂੰ ਇੱਕ ਜਾਣੀ ਪਹਿਚਾਨੀ ਆਵਾਜ਼ ਸੁਣਾਈ ਦਿੱਤੀ, ਦੀਪ ਕਰੂਗਾ ਇਹ ਰਸਮ। ਵੈਸੇ ਵੀ ਉਹ ਅਤੇ ਸਤਵਿੰਦਰ ਸਕੇ ਭਰਾਵਾਂ ਨਾਲੋਂ ਵੱਧ ਕੇ ਨੇ। ਜਦ ਦੀਪ ਆਪਣਾ ਨਾਮ ਸੁਣਦਾ ਤਾਂ ਉਹ ਭੀੜ ਦੇ ਉਸ ਤਰਫ ਘੁੰਮ ਕੇ ਵੇਖਦਾ ਜਿੱਥੇ ਇਹ ਜਾਣੀ ਪਹਿਚਾਣੀ ਆਵਾਜ਼ ਆਈ ਸੀ। ਜਦ ਉਸਨੇ ਥੋੜ੍ਹੀ ਗੌਰ ਨਾਲ ਵੇਖਿਆ ਤਾਂ ਇਹ ਕਿਸੇ ਹੋਰ ਦੀ ਨਹੀਂ ਸਗੋਂ ਸਿੰਮੀ ਦੀ ਆਵਾਜ਼ ਸੀ। ਉਹ ਮੁਸਕਰਾਉਂਦੀ ਹੋਈ ਅੱਗੇ ਆ ਕੇ ਬੋਲੀ, ਕਿਉਂ ਸਤਵਿੰਦਰ, ਮੈਂ ਕੋਈ ਝੂਠ ਬੋਲ ਰਹੀ ਹਾਂ ਕਿ? ਸਤਵਿੰਦਰ ਵੀ ਹੱਸਦਾ ਹੋਇਆ ਸਿੰਮੀ ਦੀ ਗੱਲ ਵਿੱਚ ਹਾਮੀ ਭਰ ਦਿੰਦਾ ਹੈ, ਨਹੀਂ ਸਿੰਮੀ, ਇਹ ਤੂੰ ਕੀ ਕਹਿ ਰਹੀ ਹੈ, ਇਹ ਰਸਮ ਤਾਂ ਜਵਾਕ ਕਰਦੇ ਹੁੰਦੇ ਨੇ। ਮੈਂ ਕੀ ਤੈਨੂੰ ਜਵਾਕ ਲੱਗਦਾ? ਸਤਵਿੰਦਰ ਥੋੜ੍ਹੀ ਮਿੰਨਤ ਜਿਹੀ ਪਾ ਕੇ ਬੋਲਿਆ, ਕਰ ਲਾ ਯਾਰ ਦੀਪ ਮੇਰੇ ਲਈ, ਮੇਰਾ ਭਰਾ ਬਣ ਕੇ, ਜਵਾਕ ਹੈ ਨਹੀਂ ਸਾਡੇ ਕੋਈ, ਤਾਂ ਹੀ ਤੈਨੂੰ ਕਹਿ ਰਹੇ ਹਾਂ। ਸਤਵਿੰਦਰ ਦੀ ਗੱਲ ਸੁਣ ਕੇ ਸਾਰੇ ਉੱਚੀ ਉੱਚੀ ਹੱਸਣ ਲੱਗਦੇ ਨੇ। ਦੀਪ ਇੱਕਦਮ ਸ਼ਰਮ ਮੰਨਦਾ ਹੋਇਆ ਬੋਲਿਆ, ਮੈਂ ਨਹੀਂ ਕਰਨੀ ਕੁਰਨੀ, ਕਿਸੇ ਹੋਰ ਕੋਲੋਂ ਕਰਵਾ ਲਵੋ। ਇੰਨਾ ਆ ਕੇ ਦੀਪ ਉੱਥੋਂ ਜਾਣ ਲੱਗਦਾ ਕਿ ਗੁਰਲੀਨ ਉਸਦਾ ਨਾਮ ਪੁਕਾਰ ਕੇ ਬੋਲੀ, ਪਲੀਜ਼ ਦੀਪ ਸੇ ਯੈਸ, ਦੇਖ ਕਿੰਨੀ ਖੁਸ਼ੀ ਦਾ ਮਾਹੌਲ ਬਣਿਆ ਹੋਇਆ, ਐਵੇਂ ਨਾ ਕਰ ਇੰਨੇ ਨਖਰੇ। ਗੁਰਲੀਨ ਦੀ ਗੱਲ ਸੁਣ ਕੇ ਦੀਪ ਸ਼ਰਮਾਉਂਦਾ ਹੋਇਆ ਬੋਲਿਆ, ਬਟ ਹੋ ਕਹਿ ਨਹੀਂ, ਮੈਂ ਇੰਨਾ ਵੱਡਾ ਚੰਗਾ ਲੱਗਦਾ? ਦੱਸੋ, ਗੁਰਦੇਵ ਦਾ ਭਾਈਆ ਸਵਰਨ ਸਿੰਘ ਵਿੱਚੇ ਹੀ ਬੋਲਦਾ ਹੈ, ਲੈ ਕਿਹੜੀਆਂ ਗੱਲਾਂ ਕਰਦਾ ਜਵਾਨਾ, ਇਹ ਤਾਂ ਸਦੀਆਂ ਤੋਂ ਚੱਲੀ ਆ ਰਹੀ ਰੀਤ ਹੈ ਦੁਨੀਆ ਦੀ। ਬਾਕੀ ਦੇਖ ਲੈ, ਜੇ ਤੂੰ ਨਹੀਂ ਕਰਨੀ ਤਾਂ ਮੇਰਾ ਮੁੰਡਾ ਗੁਰਜੀਤ ਕਰ ਦਊਗਾ। ਗੁਰਲੀਨ ਵੀ ਆਪਣੇ ਭਾਜੀ ਦੀ ਗੱਲ ਸਹਿਮਤੀ ਜਤਾਉਂਦੀ ਹੋਈ ਬੋਲੀ, ਹਾਂ ਦੀਪ ਦੱਸ ਦੇ, ਜੇ ਤੈਨੂੰ ਜ਼ਿਆਦਾ ਸੰਗ ਆਉਂਦੀ ਤਾਂ ਗੁਰਜੀਤ ਨੂੰ ਬਿਠਾ ਦਿੰਦੇ ਹਾਂ ਅਸੀਂ। ਗੁਰਲੀਨ ਦੇ ਇੱਦਾਂ ਕਹਿਣ 'ਤੇ ਦੀਪ ਹਾਂ ਕਰ ਦਿੰਦਾ ਹੈ ਬੈਠਣ ਲਈ। ਉਸ ਨੂੰ ਡਰ ਸੀ ਕਿਤੇ ਉਸ ਵੇਲੇ ਗੁਰਲੀਨ ਦੀ ਗੱਲ ਨਕਾਰ ਕਰਨ ਨਾਲ ਗੁਰਲੀਨ ਉੱਤੇ ਉਸ ਦਾ ਬੈਡ ਇੰਪ੍ਰੈਸ਼ਨ ਨਾ ਪੈ ਜਾਵੇ। ਉਹ ਝਟਪਟ ਹਾਂ ਬੋਲ ਕੇ ਨੀਵੀਂ ਪਾ ਕੇ ਅੱਗੇ ਚਲਾ ਗਿਆ। ਸੰਗਦਾ ਸੰਗਾਉਂਦਾ ਉਹ ਹਾਲੇ ਸਤਵਿੰਦਰ ਦੀ ਘਰਵਾਲੀ ਦੀ ਗੋਦ 'ਚ ਬੈਠਣ ਹੀ ਲੱਗਾ ਸੀ
ਕੀ ਸਵਰਨ ਸਿੰਘ ਫਿਰ ਬੋਲ ਪਿਆ, ਧਿਆਨ ਨਾਲ ਬੈਠੀ ਕਾਕਾ, ਕਿਤੇ ਨਵੀਂ ਬਹੂ ਨਾ ਮਿੱਦ ਦੇਈ ਸਾਡੀ, ਹੋਰ ਭਰਾਵਾਂ ਵਰਗੇ ਦੋਸਤਾਂ 'ਚ ਲੜਾਈ ਪੈ ਜੇ। ਉੱਥੇ ਖਲੋਤਾ ਹਰ ਇੱਕ ਜੀ ਹੱਸ ਪਿਆ ਸਵਰਨ ਸਿੰਘ ਦੀ ਗੱਲ ਸੁਣ ਕੇ। ਦੀਪ ਵਿਚਾਰਾ ਸ਼ਰਮਿੰਦਾ ਹੋਇਆ ਹੌਲੀ ਹੌਲੀ ਬੈਠ ਜਾਂਦਾ ਹੈ ਗੋਦ ਵਿੱਚ। ਦੀਪ ਨਾਲ ਉਸਦੀ ਜ਼ਿੰਦਗੀ ਵਿੱਚ ਪਹਿਲੀ ਵਾਰ ਇੱਦਾਂ ਕੁਝ ਹੋਇਆ ਸੀ, ਵਰਨਾ ਉਹ ਤਾਂ ਕਾਲਜ ਵਿੱਚ ਦੂਸਰਿਆਂ ਦਾ ਬੱਕਰਾ ਬਣਾਉਣ ਵਾਲਾ ਵਿੱਚੋਂ ਸੀ। ਇਹ ਸਭ ਉਸਨੇ ਸਿਰਫ ਤੇ ਸਿਰਫ ਗੁਰਲੀਨ ਦੀ ਖੁਸ਼ੀ ਕਰਕੇ ਕੀਤਾ ਹੁੰਦਾ। ਉਹ ਹਰ ਹਾਲਾਤ ਵਿੱਚ ਗੁਰਲੀਨ ਦੇ ਦਿਲ ਵਿੱਚ ਆਪਣੀ ਜਗ੍ਹਾ ਬਣਾਉਣਾ ਚਾਹੁੰਦਾ ਸੀ, ਚਾਹੇ ਫਿਰ ਉਹ ਇਸ ਤਰ੍ਹਾਂ ਆਪਣਾ ਮਖੌਲ ਉਡਾ ਕੇ ਹੀ ਕਿਉਂ ਨਾ ਬਣਾਉਣੀ ਪਈ ਉਸਨੂੰ। ਇਸ ਸਭ ਦੌਰਾਨ ਉਸਦੀ ਨਜ਼ਰ ਵਾਰ ਵਾਰ ਗੁਰਲੀਨ 'ਤੇ ਹੀ ਜਾ ਰਹੀ ਸੀ। ਗੁਰਲੀਨ ਦਾ ਹੱਸਦਾ ਮੁਸਕਰਾਉਂਦਾ ਚਿਹਰਾ ਉਸਨੂੰ ਇੱਕ ਅਲੱਗ ਹੀ ਸਕੂਨ ਦੇ ਰਿਹਾ ਸੀ। ਜਦ ਉਸਦੀ ਨਜ਼ਰ ਸਿੰਮੀ ਨਾਲ ਜਾ ਮਿਲਦੀ ਤਾਂ ਉਸਦਾ ਸਿਰ ਸ਼ਰਮ ਅਤੇ ਗੁੱਸੇ ਨਾਲ ਆਪਣੇ ਆਪ ਹੀ ਨੀਵਾਂ ਹੋ ਜਾਂਦਾ ਸੀ। ਦੂਰ ਖਲੋਤਾ ਸਾਬੀ ਵੀ ਆਪਣੇ ਉਸਤਾਦ ਦੀ ਹਾਲਤ 'ਤੇ ਹੱਸ ਰਿਹਾ ਹੁੰਦਾ। ਉਸਦੇ ਮਨ ਵਿੱਚ ਆਉਂਦਾ ਹੈ, ਜੇ ਇੱਦਾਂ ਦੇ ਚੋਚਲੇ ਕਰਨੇ ਪੈਂਦੇ ਨੇ ਕੁੜੀ ਸੈੱਟ ਕਰਨ ਲਈ ਤਾਂ ਰੱਬਾ ਮੈਂ ਛੜਾ ਹੀ ਠੀਕ ਹਾਂ, ਮੇਰੇ ਕੋਲੋਂ ਨਹੀਂ ਇਹੋ ਜਿਹੇ ਅੱਗੇ ਤਗੇ ਕਰ ਹੋਣੇ ਕਿਸੇ ਲਈ। ਮੈਂ ਤਾਂ ਹਿੱਕ ਦੇ ਜ਼ੋਰ 'ਤੇ ਹੀ ਜੋਰੂ ਬਣਾਊਂਗਾ ਜਿਹਦੇ 'ਤੇ ਵੀ ਦਿਲ ਆਇਆ ਮੇਰਾ। ਇਹ ਰਸਮ ਤੋਂ ਬਾਅਦ ਭਾਬੀ ਕੋਲੋਂ ਆਪਣੀ ਕਮਾਈ ਦੇ ਪੈਸੇ ਲੈ ਕੇ ਦੀਪ ਸਿਰ ਨੀਵਾਂ ਕਰਕੇ ਸਾਬੀ ਕੋਲ ਆ ਕੇ ਖਲੋ ਗਿਆ। ਸਾਬੀ ਦਾ ਆਪਣੇ ਹਾਸੇ ਨੂੰ ਕੰਟਰੋਲ ਕਰ ਪਾਉਣਾ ਹੁਣ ਵੱਸੋਂ ਬਾਹਰ ਦਾ ਕੰਮ ਸੀ। ਉਹ ਬੱਖੀਆਂ ਫੜ ਫੜ ਕੇ ਹੱਸ ਰਿਹਾ ਸੀ ਉੱਚੀ ਉੱਚੀ। ਖਿਝਿਆ ਹੋਇਆ ਦੀਪ ਬੋਲਿਆ, ਨਾ ਤੂੰ ਸਾਲਿਆ, ਬੜਾ ਹਾਸਾ ਆਉਂਦਾ ਤੈਨੂੰ, ਬਿਠਾਵਾਂ ਤੈਨੂੰ ਵੀ ਕਿਸੇ ਦੀ ਗੋਦ ਵਿੱਚ। ਹੱਸਦਾ ਹੋਇਆ, ਬਾਈ ਕੰਟਰੋਲ ਹੀ ਨਹੀਂ ਹੁੰਦਾ, ਸੱਚੀ ਆਪਣੀ ਜ਼ਿੰਦਗੀ 'ਚ ਇੰਨੀ ਲੱਸੀ ਨਹੀਂ ਹੁੰਦੀ ਵੇਖੀ ਮੈਂ ਅੱਜ ਤੱਕ ਕਿਸੇ ਦੀ ਵੀ, ਜਿੰਨੀ ਹੁਣੇ ਹੁਣੇ ਤੂੰ ਕਰਵਾ ਕੇ ਆਇਆ। ਦੀਪ ਖਿੱਚਦਾ ਹੋਇਆ ਸਾਬੀ ਦੀ ਢੂਈ 'ਤੇ ਮੁੱਕਾ ਮਾਰ ਕੇ ਬੋਲਿਆ, ਕੋਈ ਨਾ ਪੁੱਤ, ਹੱਸ ਲੈ ਜਿੰਨਾ ਹੱਸਣਾ ਤੂੰ ਵੀ, ਇਹ ਤਾਂ ਮੈਂ ਹੀ ਜਾਣਦਾ ਕਿ ਮੇਰੀ ਲੱਸੀ ਹੋਈ ਜਾਂ ਫਿਰ ਪਿਆਰ ਵਾਲਾ ਦਹੀਂ ਜਮਾਉਣ ਲਈ ਨਿੱਕੀ ਜਿਹੀ ਕੁਰਬਾਨੀ ਵਾਲਾ ਜਾਗ ਲਾ ਕੇ ਆਇਆ ਮੈਂ। ਕੀ ਕਿਹੜਾ ਜਾਗ ਲਾ ਕੇ ਆਇਆ? ਕੁਝ ਨਹੀਂ ਚਵਲਾ, ਤੇਰੇ ਨਹੀਂ ਪੱਲੇ ਪੈਣਾ ਕੱਖ ਵੀ, ਤੁਸੀਂ ਲਿਖੋ ਜਾ ਕੇ ਪਰਚੀਆਂ 'ਤੇ ਨੰਬਰ। ਲੈ ਦੱਸ ਦੇ ਬਾਈ, ਤੂੰ ਤਾਂ ਗੁੱਸਾ ਹੀ ਕਰ ਗਿਆ, ਨਾ ਹੋਰ ਸਾਲਿਆ ਮੈਂ ਤੇਰੇ ਗੱਲ ਵਿੱਚ ਹਾਰ ਪਾਵਾਂ? ਕਿਹੋ ਜਿਹਾ ਦੋਸਤ ਹੈ ਤੂੰ ਜਿਹੜਾ ਦੂਜੇ ਦੋਸਤ ਦੀ ਬੇਇੱਜ਼ਤੀ ਹੋਣ 'ਤੇ ਹੱਸਣ ਲੱਗਾ ਹੋਇਆ ਏ? ਤੇਰੇ ਨਾਲੋਂ ਤਾਂ ਉਹ ਸਿੰਡਲ ਜਿਹੀ ਸਿੰਮੀ ਚੰਗੀ ਹੈ, ਮੇਰਾ ਮਜ਼ਾਕ ਉਡਾਉਣ ਦੇ ਚੱਕਰ 'ਚ ਹੀ ਸਹੀ, ਪਰ ਜਿਵੇਂ ਕਿਵੇਂ ਮੈਨੂੰ ਗੁਰਲੀਨ ਦੇ ਨੇੜੇ ਲੈ ਕੇ ਤਾਂ ਜਾ ਹੀ ਰਹੀ ਹੈ। ਉਹ ਕਿਵੇਂ ਬਾਈ, ਉਹਨੇ ਸਾਲੀ ਨੇ ਤਾਂ ਹੀ ਹਾਂ ਤੇਰਾ ਨਾਮ ਲਿਆ ਸੀ, ਅਤੇ ਤੂੰ ਮਾਮਾ ਉਹਨੂੰ ਹੀ ਮਦਦਗਾਰ ਦੱਸੀ ਜਾਂਦਾ, ਮੈਨੂੰ ਤਾਂ ਕਦੇ ਕਦੇ ਤੇਰੀ ਸਮਝ ਨਹੀਂ ਆਉਂਦੀ, ਤੂੰ ਕਹਿੰਦਾ ਕੀ ਹੈ, ਕਰਦਾ ਕੀ ਹੈ? ਚੁੱਪ ਕਰ, ਤੇਰੇ ਨਹੀਂ ਪੱਲੇ ਪੈਣੀਆਂ ਇਹ ਸਭ ਗੱਲਾਂ, ਤੂੰ ਸਿਰਫ ਹੁਣ ਹੀ ਦੀ ਹੀ ਸੋਚਦਾ, ਜਦਕਿ ਮੈਂ ਫਿਊਚਰ ਦੀ ਸੋਚ ਕੇ ਚੱਲਦਾ। ਦੇਖ, ਹੁਣ ਜੇ ਮੈਂ ਮਨ੍ਹਾ ਕਰ ਦਿੰਦਾ ਗੋਦ 'ਚ ਬੈਠਣ ਤੋਂ, ਤਾਂ ਗੁਰਲੀਨ ਨੇ ਜ਼ਿੰਦਗੀ ਭਰ ਨਹੀਂ ਮੇਰੇ ਨਾਲ ਗੱਲ ਕਰਨੀ ਸੀ, ਉਹ ਭਾਵੇਂ ਮੇਰੀ ਆਪਣੀ ਹੀ ਖੇ ਹੋ ਗਈ ਇਸ ਸਭ ਨਾਲ, ਪਰ ਕੀ ਤੂੰ ਗੁਰਲੀਨ ਦੇ ਚਿਹਰੇ ਦੀ ਖੁਸ਼ੀ ਨੂੰ ਦੇਖਿਆ? ਕਿੰਨੀ ਖੁਸ਼ ਸੀ ਉਹ,
ਇਹਨੂੰ ਫਿਊਚਰ ਪਲੈਨਿੰਗ ਕਹਿੰਦੇ ਆ ਬੇਬੀ, ਜੋ ਕਿ ਤੇਰੇ ਵਰਗੀ ਮੰਦ ਬੁੱਧੀ ਦੇ ਨਹੀਂ ਸਮਝ ਆਉਣੀ। ਵਾਹ ਉਸਤਾਦ ਜੀ ਵਾਹ, ਨਵੇਂ ਨਵੇਂ ਅਧਿਆਏ ਲਿਖ ਰਹੇ ਹੋ ਪਿਆਰ ਦੇ ਤੁਸੀਂ ਤਾਂ। ਮੈਂ ਤਾਂ ਕੱਲ੍ਹ ਤੋਂ ਕਾਪੀ ਪੈੱਨ ਰੱਖਿਆ ਕਰਨਾ ਆਪਣੇ ਕੋਲ, ਕੀ ਪਤਾ ਤੁਸੀਂ ਕਿੱਥੇ ਤੁਹਾਡੀ ਗਿਆਨ ਚੰਗਾ ਲੱਗ ਜਾਵੇ ਅਤੇ ਇੱਕ ਅੱਧੀ ਬਾਲਟੀ ਗਿਆਨ ਦੀ ਭਰਨੀ ਪੈ ਜਾਵੇ। ਹੱਸਦਾ ਹੋਇਆ ਕੰਜਰ, ਮਿੰਟ 'ਚ ਹੀ ਆਪਣਾ ਰੰਗ ਬਦਲ ਲੈਂਦਾ, ਜਨਾਨੀਆਂ ਨਾਲੋਂ ਜ਼ਿਆਦਾ ਚਲਿੱਤਰ ਹੈ ਤੇਰੇ, ਜਿਨ੍ਹਾਂ ਨੂੰ ਇੰਨੇ ਸਾਲ ਤੇਰੇ ਨਾਲ ਰਹਿ ਕੇ ਵੀ ਨਹੀਂ ਸਮਝ ਪਾਇਆ ਮੈਂ। ਲੈ ਬਾਈ, ਤੂੰ ਤਾਂ ਬੇਇੱਜ਼ਤੀ ਖਰਾਬ ਕਰਨ ਲੱਗ ਪਿਆ ਮੇਰੀ। ਮੈਂ ਚੱਲਿਆ ਭਰਾਵਾ ਸੌਣ, ਤੂੰ ਲੱਗਾ ਰਹਿ ਇੱਥੇ ਇਕੱਲਾ ਹੀ ਆਸ਼ਕੀ ਦੇ ਚੈਪਟਰ ਲਿਖਣ। ਇੰਨਾ ਕਹਿ ਕੇ ਸਭ ਹੀ ਉੱਥੋਂ ਤੁਰ ਪੈਂਦਾ ਹੈ, ਜਦਕਿ ਦੀਪ ਹਾਲੇ ਵੀ ਇਸ ਉਮੀਦ ਵਿੱਚ ਹੁੰਦਾ ਕਿ ਸ਼ਾਇਦ ਉਸ ਦੀ ਗੁਰਲੀਨ ਨਾਲ ਕੋਈ ਮੁਲਾਕਾਤ ਹੋ ਸਕੇ। ਪਰ ਮੁਲਾਕਾਤ ਤਾਂ ਦੂਰ, ਉਹ ਗੁਰਲੀਨ ਦੇ ਨੇੜੇ ਤੇੜੇ ਵੀ ਨਹੀਂ ਪਹੁੰਚ ਪਾਉਂਦਾ। ਸੋ ਅੱਕ ਕੇ ਹਾਰ ਕੇ ਉਹ ਵੀ ਸੌਣ ਚਲਾ ਗਿਆ। ਅਗਲੇ ਦਿਨ ਦੀਪ ਉੱਠਦੇ ਸਾਰ ਹੀ ਗੁਰਲੀਨ ਨੂੰ ਖੋਜਣ ਲੱਗ ਪੈਂਦਾ। ਪੂਰੇ ਘਰ ਨੂੰ ਛਾਨਣ 'ਤੇ ਵੀ ਉਸ ਨੂੰ ਗੁਰਲੀਨ ਕਿਤੇ ਨਜ਼ਰ ਨਹੀਂ ਆਉਂਦੀ। ਹੁਣ ਨਾ ਹੀ ਉਹ ਕਿਸੇ ਨੂੰ ਪੁੱਛਣ ਜੋਗਾ ਸੀ ਗੁਰਲੀਨ ਬਾਰੇ, ਅਤੇ ਨਾ ਹੀ ਉਸਦਾ ਨਾਮ ਲੈ ਕੇ ਪੁਕਾਰਨ ਜੋਗਾ। ਪਰੇਸ਼ਾਨ ਹੋ ਕੇ ਇੱਧਰ ਉੱਧਰ ਘੁੰਮਦੇ ਦੀਪ ਨੂੰ ਮੰਜੇ 'ਤੇ ਬੈਠੀ ਚਾਹ ਪੀਂਦੀ ਸਿੰਮੀ ਨੇ ਹਾਕ ਮਾਰ ਲਈ। ਓਏ ਦੀਪ, ਇੰਨੀ ਟੈਨਸ਼ਨ ਵਿੱਚ ਕਿਉਂ ਘੁੰਮ ਰਿਹਾ, ਜ਼ੋਰ ਦੀ ਲੱਗੀ ਹੈ ਕਿ? ਸਿੰਮੀ ਦੀ ਗੱਲ ਸੁਣ ਕੇ ਦੀਪ ਉਸਦੇ ਕੋਲ ਜਾ ਕੇ ਖੜ ਗਿਆ। ਤੈਨੂੰ ਤਾਂ ਪੁੱਤ ਮੈਂ ਬਾਅਦ 'ਚ ਦੇਖੂੰ, ਜਿਹੜੀ ਤੂੰ ਇੰਨੀ ਚੰਬਲੀ ਫਿਰਦੀ ਹੈ ਇੱਥੇ ਆ ਕੇ। ਦੇਖ ਲੈ ਦੇਖ ਲੈ, ਇੱਥੇ ਤੇਰੇ ਸਾਹਮਣੇ ਬੈਠੀ ਹਾਂ ਮੈਂ। ਬਕਵਾਸ ਬੰਦ ਕਰ ਅਤੇ ਇਹ ਦੱਸ ਮੈਨੂੰ ਕਿ ਗੁਰਲੀਨ ਕਿੱਥੇ ਹੈ? ਪੂਰੇ ਘਰ ਵਿੱਚ ਨਜ਼ਰ ਕਿਉਂ ਨਹੀਂ ਆ ਰਹੀ? ਹੱਸਦੀ ਹੋਈ, ਉਹ ਤਾਂ ਸਵੇਰੇ 5 ਵਜੇ ਹੀ ਚਲੀ ਗਈ ਸੀ ਆਪਣੀ ਫੈਮਿਲੀ ਦੇ ਨਾਲ। ਹੈਂ, ਇਹ ਕੀ ਕਹਿ ਰਹੀ ਹੈ ਤੂੰ? ਨਹੀਂ ਨਹੀਂ, ਮੈਨੂੰ ਮਿਲੇ ਬਿਨਾਂ ਕਿਵੇਂ ਚਲੀ ਗਈ ਉਹ? ਤੂੰ ਦੱਸਿਆ ਕਿਉਂ ਨਹੀਂ ਮੈਨੂੰ? ਓਏ ਹੋਏ, ਇੱਧਰ ਵਿਖਾ ਤਾਂ ਮੂੰਹ ਆਪਣਾ, ਤੈਨੂੰ ਮਿਲ ਕੇ ਜਾਣ ਨੂੰ ਬਹੁਤ ਆ, ਤੂੰ ਉਸਦਾ ਬਚਪਨ ਦਾ ਆੜੀ ਸੀ। ਨਾਲੇ ਸੱਚ ਮੈਨੂੰ ਦੱਸਿਆ ਕਿਉਂ ਨਹੀਂ ਤੂੰ? ਉਹ ਤਾਂ ਯਾਰ ਮੈਨੂੰ ਚੇਤੇ ਹੀ ਨਹੀਂ ਰਿਹਾ। ਕੋਈ ਨਾ, ਅਗਲੀ ਵਾਰੀ ਚੇਤੇ ਨਾਲ ਯਾਦ ਰੱਖੂੰਗੀ ਮੈਂ। ਸਿੰਮੀ ਏ, ਤੂੰ ਸੱਚੀ ਮੇਰੇ ਕੋਲੋਂ ਕਿਸੇ ਦਿਨ ਆਪਣੀਆਂ ਟੰਗਾਂ ਤੜਵਾ ਲੈਣੀਆਂ। ਜਾ ਜਾ ਭੱਜ ਜਾ ਇੱਥੋਂ, ਆਇਆ ਵੱਡਾ ਟੰਗਾਂ ਤੋੜਨ ਵਾਲਾ। ਓਏ ਨਾਲੇ ਇੱਕ ਗੱਲ ਤਾਂ ਦੱਸ ਮੈਨੂੰ, ਰਾਤੀ ਫਿਰ ਕਿੰਨੇ ਪੈਸੇ ਬਣੇ ਤੇਰੇ ਭਾਬੀ ਦੀ ਗੋਦ 'ਚ ਬੈਠ ਕੇ? ਦਫਾ ਹੋ ਤੂੰ ਸੜੀਏ ਜੀਏ, ਗੁੱਸੇ ਨਾਲ ਬੋਲਦਾ ਹੈ ਦੀਪ ਉੱਥੋਂ ਚਲਾ ਜਾਂਦਾ ਹੈ। ਮਗਰੋਂ ਸਿੰਮੀ ਉੱਚੀ ਉੱਚੀ ਹੱਸਦੀ ਹੋਈ ਉਸਦਾ ਨਾਮ ਪੁਕਾਰ ਰਹੀ ਸੀ। ਕੁਝ ਦੇਰ ਬਾਅਦ ਦੀਪ, ਸਿੰਮੀ, ਸਾਬੀ ਅਤੇ ਬਾਕੀ ਦੇ ਫਰੈਂਡਸ ਵੀ ਵਿਆਹ ਵਾਲੇ ਘਰੋਂ ਰਵਾਨਾ ਹੋ ਜਾਂਦੇ ਨੇ। ਦੀਪ ਜ਼ਰੂਰੀ ਗੱਲ ਦਾ ਕਹਿ ਕੇ ਸਿੰਮੀ ਨੂੰ ਅੱਗੇ ਹੀ ਬਿਠਾ ਲੈਂਦਾ ਹੈ। ਦੇਖ ਸਿੰਮੀ, ਮੈਨੂੰ ਤੇਰੇ ਉੱਤੇ ਕੋਈ ਗੁੱਸਾ ਨਹੀਂ, ਤੂੰ ਜੋ ਕੁਝ ਵੀ ਉੱਥੇ ਕੀਤਾ ਉਹ ਸਭ ਦਾ, ਸਗੋਂ ਮੇਰਾ ਤਾਂ ਤੈਨੂੰ ਉੱਚੀ ਉੱਚੀ ਲਵ ਯੂ ਕਹਿਣ ਦਾ ਦਿਲ ਕਰਦਾ, ਕਿਉਂਕਿ ਤੇਰੀ ਵਜ੍ਹਾ ਨਾਲ ਮੈਨੂੰ ਗੁਰਲੀਨ ਨਾਲ ਗੱਲਾਂ ਕਰਨ ਦਾ ਮੌਕਾ ਮਿਲਿਆ। ਰਹਿਣ ਦੇ, ਤੂੰ ਆਪਣਾ ਲਵ ਯੂ ਆਪਣੇ ਕੋਲ ਹੀ ਰੱਖ, ਨਾਲੇ ਮੈਂ ਕੋਈ ਮਦਦ ਨਹੀਂ ਕੀਤੀ ਤੇਰੀ, ਭੁਲੇਖਾ ਹੈ ਤੈਨੂੰ। ਬਸ ਇਹੀ ਤਾਂ ਤੇਰੇ ਵਿੱਚ ਖੂਬੀ ਹੈ ਸਿੰਮੀ ਏ, ਤੂੰ ਮਦਦ ਕਰਨ ਤੋਂ ਬਾਅਦ ਵੀ ਇੱਦਾਂ ਬਿਹੇਵ ਕਰਦੀ ਹੈ ਜਿੱਦਾਂ ਤੈਨੂੰ ਕੁਝ ਪਤਾ ਹੀ ਨਹੀਂ ਹੁੰਦਾ। ਕਿੰਨੀ ਚੰਗੀ ਹੈ ਤੂੰ ਸਿੰਮੀ, ਸੱਚੀ ਜੇ ਮੇਰਾ ਦਿਲ ਗੁਰਲੀਨ 'ਤੇ ਨਾ ਆਇਆ ਹੁੰਦਾ
ਤਾਂ ਪੱਕਾ ਮੈਂ ਤੈਨੂੰ ਹੀ ਪ੍ਰਪੋਜ਼ ਕਰਨਾ ਸੀ। ਰਹਿਣ ਦੇ ਦੀਪ, ਮਸਕਾ ਕਿਸੇ ਹੋਰ ਨੂੰ ਲਾਈ, ਗੱਲ ਦੱਸ ਜਿਹੜੀ ਕਰਨੀ ਹੈ ਜ਼ਰੂਰੀ, ਅਤੇ ਕਿਹੜਾ ਐਸਾ ਕੰਮ ਕਰਵਾਉਣਾ ਹੁਣ ਤੂੰ ਮੇਰੇ ਕੋਲੋਂ ਜਿਸ ਲਈ ਇੰਨਾ ਬਟਰ ਲਗਾਉਣ ਲੱਗਾ ਏ। ਹੱਸਦਾ ਹੋਇਆ, ਵਾਹ ਸਿੰਮੀ ਕਿੰਨੀ ਸਿਆਣੀ ਹੈ ਤੂੰ ਯਾਰ, ਝੱਟ ਹੀ ਸਮਝ ਲੈਂਦੀ ਹੈ ਮੇਰੇ ਦਿਲ ਦੀ ਗੱਲ ਨੂੰ। ਬਚਪਨ ਤੋਂ ਇਕੱਠੇ ਪੜ੍ਹ ਰਹੇ ਹਾਂ ਆਪਾਂ ਦੀਪ, ਇੰਨਾ ਕੁ ਤਾਂ ਤੈਨੂੰ ਮੈਂ ਜਾਣਦੀ ਹੀ ਹਾਂ ਕਿ ਬਿਨਾਂ ਮਤਲਬ ਤੋਂ ਨਹੀਂ ਤੂੰ ਕਦੇ ਮੇਰੀ ਤਾਰੀਫ ਕਰ ਸਕਦਾ। ਹੁਣ ਦੱਸ ਕੀ ਕੰਮ ਹੈ ਮੇਰੇ ਨਾਲ ਤੈਨੂੰ? ਸਿੰਮੀ, ਗੱਲ ਇੱਦਾਂ ਕਿ ਤੂੰ ਉੱਦਾਂ ਕੀਤਾ ਤਾਂ ਚੰਗਾ ਨਹੀਂ ਸਵੇਰੇ ਅੱਜ ਮੇਰੇ ਨਾਲ, ਮੈਨੂੰ ਗੁਰਲੀਨ ਦੇ ਜਾਣ ਵੇਲੇ ਨਾ ਦੱਸ ਕੇ। ਗੁੱਸਾ ਤਾਂ ਸੱਚੀ ਬੜਾ ਆਇਆ ਸੀ ਉਸ ਵੇਲੇ ਤੇਰੇ 'ਤੇ, ਪਰ ਚੱਲ ਕੰਟਰੋਲ ਕਰ ਗਿਆ ਕਿਸੇ ਤਰ੍ਹਾਂ ਮੈਂ ਆਪਣੇ ਗੁੱਸੇ ਨੂੰ। ਹੁਣ ਤੂੰ ਇੱਕ ਕੰਮ ਲਈ ਨਾ ਕਰੀ ਮੈਨੂੰ। ਕਿਹੜਾ ਕੰਮ? ਦੇਖ, ਤੂੰ ਪੂਰੇ ਵਿਆਹ ਦੌਰਾਨ ਗੁਰਲੀਨ ਦੇ ਨਾਲ ਨਾਲ ਰਹੀ? ਹਾਂ ਰਹੀ ਹਾਂ। ਫਿਰ ਜਿੱਥੋਂ ਤੱਕ ਮੈਂ ਵੇਖਿਆ, ਗੁਰਲੀਨ ਤੈਨੂੰ ਆਪਣੀ ਭੈਣਾਂ ਵਾਂਗ ਮੰਨਦੀ ਸੀ। ਹਾਂ, ਅਤੇ ਮੰਨਣਾ ਹੀ ਆ, ਉਹ ਦਾ ਨੇਚਰ ਵੀ ਬਹੁਤ ਵਧੀਆ ਹੈ। ਮਤਲਬ ਕਿ ਜਾਣ ਲੱਗੀ ਉਹ ਤੈਨੂੰ ਚੰਗੀ ਤਰ੍ਹਾਂ ਮਿਲ ਕੇ ਵੀ ਗਈ ਹੋਊਗੀ। ਹਾਂ ਬਿਲਕੁਲ ਗਈ ਸੀ ਦੀਦੀ ਮੈਨੂੰ ਮਿਲ ਕੇ, ਮੈਨੂੰ ਘੁੱਟ ਕੇ ਜੱਫੀ ਵੀ ਪਾਈ ਉਹਨਾਂ ਨੇ, ਅਤੇ ਕਿਹਾ ਮੈਂ ਤੈਨੂੰ ਮਿਸ ਕਰਾਂਗੀ ਸਿੰਮੀ, ਵੀ ਵੈਲ ਆਲਵੇਜ਼ ਕੀਪ ਇਨ ਟੱਚ। ਹੱਸਦੀ ਹੋਈ, ਬਸ ਆਹੀ ਗੱਲ, ਹਾਂ ਹੁਣ ਕੀਪ ਇਨ ਟੱਚ ਵਿੱਚ ਰਹਿਣ ਲਈ ਜ਼ਰੂਰ ਉਹ ਤੈਨੂੰ ਆਪਣਾ ਨੰਬਰ ਦੇ ਕੇ ਗਈ ਹੋਣੀ ਹੈ। ਮੈਨੂੰ ਬਸ ਤੂੰ ਉਹਦਾ ਨੰਬਰ ਦੇ ਦੇ, ਜ਼ਿੰਦਗੀ ਭਰ ਨਹੀਂ ਤੇਰਾ ਅਹਿਸਾਨ ਭੁੱਲਾਂਗਾ ਮੈਂ। ਹੱਸਦਾ ਹੋਇਆ, ਤੈਨੂੰ ਕਿਹਨੇ ਕਹਿਤਾ ਕਿ ਦੀਦੀ ਮੈਨੂੰ ਆਪਣਾ ਨੰਬਰ ਦੇ ਕੇ ਗਈ ਹੈ? ਦੇਖ ਸਿੰਮੀ, ਮੈਂ ਬਿਲਕੁਲ ਵੀ ਮਜ਼ਾਕ ਦੇ ਮੂਡ ਵਿੱਚ ਨਹੀਂ ਹਾਂ। ਚੁੱਪ ਚਾਪ ਮੈਨੂੰ ਗੁਰਲੀਨ ਦਾ ਨੰਬਰ ਸੈਂਡ ਕਰ ਦੇ। ਧਮਕੀਆਂ ਕਿਸ ਨੂੰ ਦਿੰਦਾ ਦੀਪ? ਮੈਂ ਕਿਹਾ ਨਾ ਤੈਨੂੰ ਕਿ ਮੇਰੇ ਕੋਲ ਨਹੀਂ ਹੈ ਦੀਦੀ ਦਾ ਨੰਬਰ, ਜੇ ਹੁੰਦਾ ਵੀ ਤਾਂ ਵੀ ਮੈਂ ਤੈਨੂੰ ਕਦੇ ਨਹੀਂ ਦੇਣਾ ਸੀ ਦੀਦੀ ਦਾ ਨੰਬਰ। ਦੀਦੀ ਦੀਦੀ ਦੀਦੀ, ਇਹਦਾ ਸਿੰਮੀ ਦਾ ਤਾਂ ਦਿਮਾਗ ਖਰਾਬ ਹੋ ਗਿਆ ਦੀਪ ਬਈ, ਇੱਥੇ ਆ ਕੇ ਇੱਦਾਂ ਪਹਿਲਾਂ ਇਹਨੇ ਕਦੇ ਨਹੀਂ ਕੀਤਾ ਜਿੱਦਾਂ ਹੁਣ ਕਰ ਰਹੀ ਹੈ। ਹਾਂ ਯਾਰ ਸਾਬੀ, ਪਤਾ ਨਹੀਂ ਕੀ ਹੋ ਗਿਆ ਅਚਾਨਕ ਆਪਣੀ ਸਿੰਮੀ ਨੂੰ, ਪਹਿਲਾਂ ਇਹਨੇ ਕਦੇ ਵੀ ਮੇਰੀ ਕੋਈ ਗੱਲ ਨਹੀਂ ਟਾਲੀ ਅੱਜ ਤੱਕ। ਆਹ ਗੁਰਲੀਨ ਵਾਲੇ ਮਾਮਲੇ 'ਚ ਤਾਂ ਪਤਾ ਨਹੀਂ ਕਿਉਂ ਮੇਰੇ ਐਂਟੀ ਚੱਲ ਰਹੀ ਹੈ ਇੰਨੀ। ਐਂਟੀ ਨਹੀਂ ਦੀਪ, ਮੈਂ ਬਸ ਗਲਤ ਦਾ ਸਾਥ ਨਹੀਂ ਦੇ ਰਹੀ। ਹਾਂ ਜੇ ਦੀਦੀ ਦੀ ਜਗ੍ਹਾ ਕੋਈ ਹੋਰ ਕੁਵਾਰੀ ਕੁੜੀ ਹੁੰਦੀ ਤਾਂ ਮੈਂ ਡੈਫੀਨੇਟਲੀ ਤੇਰੀ ਗੱਲ ਕਰਵਾ ਦੇਣੀ ਸੀ ਉਸ ਨਾਲ, ਪਰ ਮੈਰਿਡ ਲੇਡੀ, ਉਹ ਵੀ ਬੱਚੇ ਵਾਲੀ ਲਈ, ਮੈਂ ਤੇਰਾ ਕੋਈ ਸਾਥ ਨਹੀਂ ਦੇ ਸਕਦੀ, ਜਿਸ ਲਈ ਭਾਵੇਂ ਤੂੰ ਹੁਣੇ ਦੋਸਤੀ ਤੋੜ ਸਕਦਾ ਮੇਰੇ ਨਾਲ। ਯਾਰ ਸਿੰਮੀ, ਇੱਕ ਤਾਂ ਤੂੰ ਗੁੱਸਾ ਬੜੀ ਛੇਤੀ ਕਰਦੀ ਹੈ, ਜੇ ਤੇਰੇ ਨਾਲ ਦੋਸਤੀ ਤੋੜਨੀ ਹੁੰਦੀ ਤਾਂ ਕਦ ਦੀ ਤੋੜ ਲੈਣੀ ਸੀ ਮੈਂ, ਪਰ ਤੂੰ ਮੇਰੀ ਬਚਪਨ ਦੀ ਸਭ ਤੋਂ ਕਲੋਜ਼ ਫਰੈਂਡ ਹੈ, ਤੈਨੂੰ ਤਾਂ ਜ਼ਿੰਦਗੀ ਭਰ ਨਹੀਂ ਭੁੱਲ ਸਕਦਾ ਕਮਲੀਏ ਮੈਂ। ਬਸ ਦੀਪ, ਝੂਠੇ ਦਿਲਾਸੇ ਕਿਸੇ ਹੋਰ ਨੂੰ ਦੇਈ ਜਾ ਕੇ। ਝੂਠੇ ਦਿਲਾਸੇ ਨਹੀਂ ਸਿੰਮੀ, ਸੱਚ ਕਹਿ ਰਿਹਾ ਬਿਲਕੁਲ ਮੈਂ। ਨਹੀਂ ਸਿੰਮੀ, ਇਹਦੇ 'ਤੇ ਯਕੀਨ ਨਾ ਕਰੀ, ਇਹਨੂੰ ਕਹਿ ਕੇ ਪਹਿਲਾਂ ਭੂੰਡ ਬਾਬੇ ਦੀ ਸਹੁੰ ਖਾ। ਹੱਸਦਾ ਹੈ, ਸਾਲਿਆ ਹੁਣ ਆਹ ਭੂੰਡ ਬਾਬਾ ਕਿਹੜਾ ਫੁੱਫੜ ਆ, ਆ ਗਿਆ ਤੇਰਾ, ਤੂੰ ਖਾ ਤਾਂ ਸਹੀ, ਫੁੱਫੜ ਦੇ ਕੋਲ ਵੀ ਲੈ ਕੇ ਜਾਊਂ ਫਿਰ ਮੈਂ ਤੈਨੂੰ। ਸਟੋਪ ਇੱਟ ਸਾਬੀ ਐਂਡ ਦੀਪ, ਮੇਰਾ ਹੋਸਟਲ ਆ ਗਿਆ, ਮੈਨੂੰ ਉਤਾਰ ਦੇਵੋ ਇੱਥੇ, ਉੱਤਰ ਜਾਈ
ਤੂੰ ਕਿਹੜਾ ਜਾ ਕੇ ਕੁੱਕਰ 'ਤੇ ਦਾਲ ਸਬਜ਼ੀ ਧਰਨੀ ਹੈ। ਓਏ ਤੂੰ ਚੁੱਪ ਕਰ ਸਾਬੀ, ਖਬਰਦਾਰ ਹੁਣ ਜੇ ਸਿੰਮੀ ਨੂੰ ਦੁਬਾਰਾ ਕੁਝ ਕਿਹਾ ਤਾਂ ਲੈ, ਮੈਂ ਤਾਂ ਬਾਈ ਬਸ ਮੂੰਹ ਦਾ ਸ਼ਟਰ ਬੰਦ ਰੱਖਤਾ। ਤੂੰ ਉੱਤਰ ਜਾ ਸਿੰਮੀ, ਮਿਲਦੇ ਹਾਂ ਸ਼ਾਮ ਨੂੰ ਆਪਾਂ, ਬਾਏ, ਟੇਕ ਕੇਅਰ। ਸਿੰਮੀ ਅਤੇ ਉਸ ਦੀ ਫਰੈਂਡ ਉੱਤਰ ਜਾਂਦੀ ਹੈ ਗੱਡੀ ਵਿੱਚੋਂ। ਦੀਪ ਗੱਡੀ ਦਾ ਹੌਰਨ ਮਾਰ ਕੇ ਸਿੰਮੀ ਨੂੰ ਬਾਏ ਦਾ ਇਸ਼ਾਰਾ ਕਰਦਾ। ਉਸ ਦੇ ਜਵਾਬ 'ਚ ਸਿੰਮੀ ਮੂੰਹ ਫੇਰ ਕੇ ਚਲੀ ਜਾਂਦੀ ਹੈ। ਉਸ ਦਿਨ ਤੋਂ ਬਾਅਦ ਦੀਪ ਰੋਜ਼ ਹੀ ਸਿੰਮੀ ਦੇ ਹਾੜੇ ਤਰਲੇ ਕੱਢਦਾ ਸੀ, ਪਰ ਸਿੰਮੀ ਨੇ ਉਸ ਨੂੰ ਗੁਰਲੀਨ ਦਾ ਕੰਟੈਕਟ ਨੰਬਰ ਨਹੀਂ ਦਿੱਤਾ। ਫਿਰ ਇੱਕ ਦਿਨ ਵਿਹਲਾ ਬੈਠਾ ਦੀਪ ਫੇਸਬੁੱਕ ਚਲਾ ਰਿਹਾ ਹੁੰਦਾ, ਅਚਾਨਕ ਉਸ ਨੂੰ ਗੁਰਲੀਨ ਕੌਰ ਨਾਮ ਦੀ ਇੱਕ ਆਈਡੀ ਸ਼ੋਅ ਹੁੰਦੀ, ਜਿਸ ਵਿੱਚ ਉਸ ਦੇ ਦੋ ਮਿਊਚਲ ਫਰੈਂਡ ਲਿਖ ਕੇ ਆ ਰਹੇ ਸੀ। ਉਹ ਆਈਡੀ ਓਪਨ ਕਰਕੇ ਵੇਖਦਾ ਹੈ ਤਾਂ ਕਿਸੇ ਮਾਡਲ ਦੀ ਫੋਟੋ ਲੱਗੀ ਸੀ, ਜਿਸ ਤੋਂ ਪਹਿਚਾਣ ਪਾਉਣਾ ਮੁਸ਼ਕਿਲ ਸੀ ਕਿ ਇਹ ਉਸੇ ਗੁਰਲੀਨ ਦੀ ਆਈਡੀ ਹੈ ਜਾਂ ਕਿਸੇ ਹੋਰ ਦੀ। ਫਿਰ ਉਹ ਜਦ ਮਿਊਚਲ ਫਰੈਂਡ ਵਿੱਚ ਸਿੰਮੀ ਅਤੇ ਸਤਵਿੰਦਰ ਦਾ ਨਾਮ ਵੇਖਦਾ ਤਾਂ ਉਸ ਦੀ ਖੁਸ਼ੀ ਦਾ ਕੋਈ ਟਿਕਾਣਾ ਹੀ ਨਹੀਂ ਰਹਿੰਦਾ। ਉਹ ਗੁਰਲੀਨ ਦੀ ਆਈਡੀ ਸੀ। ਫਰੈਂਡਸ ਆਫ ਗੁਰਲੀਨ ਵਾਲਾ ਆਪਸ਼ਨ ਲੱਗਾ ਹੋਣ ਕਾਰਨ ਉਸ ਨੂੰ ਫਰੈਂਡ ਰਿਕੁਐਸਟ ਸੈਂਡ ਕਰ ਦਿੰਦਾ ਹੈ। ਐਕਸਾਈਟਮੈਂਟ ਵਿੱਚ ਉਹ ਕਾਫੀ ਸਾਰੇ ਮੈਸੇਜ ਵੀ ਲਿਖ ਕੇ ਭੇਜ ਦਿੰਦਾ ਹੈ ਗੁਰਲੀਨ ਨੂੰ। ਹੁਣ ਬਸ ਉਸ ਨੂੰ ਉਡੀਕ ਸੀ ਕਿ ਕਦ ਗੁਰਲੀਨ ਉਸ ਦੀ ਫਰੈਂਡ ਰਿਕੁਐਸਟ ਐਕਸੈਪਟ ਕਰੇ ਅਤੇ ਕਦ ਉਸ ਦੀ ਪ੍ਰੇਮ ਕਹਾਣੀ ਦੁਬਾਰਾ ਸਹੀ ਟਰੈਕ 'ਤੇ ਆ ਸਕੇ। ਇਸ ਕਹਾਣੀ ਦਾ ਅਗਲਾ ਭਾਗ ਤੁਹਾਡੇ ਲਈ ਕੱਲ੍ਹ ਨੂੰ ਪੇਸ਼ ਕੀਤਾ ਜਾਵੇਗਾ। ਬੇਨਤੀ ਹੈ, ਜੇਕਰ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ। ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰ ਦਿਓ। ਤੁਹਾਡਾ ਕੀਮਤੀ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ।